ਹੈਲੋ ਫਰੈਂਡਸ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਲੇਟੈਸ ਅਪਡੇਟ ਲੈ ਕੇ ਆਏ ਜੋ ਕਿ ਕਾਫੀ ਜ਼ਿਆਦਾ ਗੁੱਡ ਨਿਊਜ਼ ਹੈ ਕਾਫੀ ਕੈਂਡੀਡੇਟਸ ਵਾਸਤੇ ਜਿਨ੍ਹਾਂ ਨੇ ਮਾਸਟਰ ਕੈਡਰ ਅਪਲਾਈ ਕਰਨਾ ਹੈ ਸੋ ਇੱਥੇ ਇਹਨਾਂ ਨੇ ਡਿਫਰੈਂਟ ਪੋਸਟਾਂ ਕੱਢੀਆਂ ਡਿਫਰੈਂਟ ਸਬਜੈਕਟਸ ਦੀ ਅਗਰ ਆਪਾਂ ਗੱਲ ਕਰੀਏ ਇੰਗਲਿਸ਼ ਦੀ ਤੁਸੀਂ ਦੇਖ ਸਕਦੇ ਹੋ 899 ਪੋਸਟਾਂ ਕੱਢੀਆਂ ਉਸ ਤੋਂ ਬਾਅਦ ਗੱਲ ਕਰੀਏ ਮਾਸਟਰ ਕੈਡਰ ਮੈਥਮੈਟਿਕਸ ਦੀ 595 ਹੈ ਸਾਇੰਸ ਦੀਆਂ 518 ਇੰਗਲਿਸ਼ ਦੀਆਂ 380 ਹੈ ਸੋ ਇਹਨਾਂ ਨੇ ਟੋਟਲ ਪੋਸਟਾਂ ਕੱਢ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਇੰਗਲਿਸ਼ ਦੀ ਆ ਇੰਗਲਿਸ਼ੀ ਪੀਡੀਐਫ ਫਾਈਲ ਆਪਾਂ ਓਪਨ ਕਰਕੇ ਦੇਖ ਲੈਣੇ ਤੁਹਾਨੂੰ ਪਤਾ ਹੈ ਕੁਝ ਹੀ ਦਿਨ ਪਹਿਲਾਂ ਇਹਨਾਂ ਨੇ ਨਿਊਜ਼ਪੇਪਰ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਐਡਵਰਟਾਈਜ਼ਮੈਂਟ ਕੱਢੀ ਸੀ ਜਦੇ ਵਿੱਚ ਇਹਨਾਂ ਨੇ ਪੋਸਟਾਂ ਅਨਾਉਂਸ ਕੀਤੀਆਂ ਸੀ ਸੋ ਇਹਦੇ ਵੀ ਦੇਖ ਲੈਣੇ ਕਿ ਕਿੰਨੀਆਂ ਪੋਸਟਾਂ ਹੈ ਕੈਟਾਗਰੀ ਅਕੋਰਡਿੰਗ ਉਹਦੇ ਵਿੱਚ ਜਸਟ ਇਹਨਾਂ ਦੱਸਿਆ ਸੀ ਕਿ ਪੋਸਟਾਂ ਹੈਗੀਆਂ ਸੋ ਇਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਇਹ ਫਿਲਹਾਲ ਕੱਢਿਆ ਹੋਇਆ ਮਿਤੀ 6 ਦਾ ਜਦ ਕਿ ਇਹਨਾਂ ਨੇ ਅੱਜ ਅਪਡੇਟ ਕੀਤਾ ਹੈ 6 4 ਦਾ ਦੱਸਿਆ ਹੋਇਆ ਮਿਤੀ 6 4 2021 ਠੀ ਡੇਟ ਵੀ ਇਹਨਾਂ ਨੇ ਆਈ ਥਿੰਕ ਗਲਤ ਪਾਈ ਹੈ ਜਨਵਰੀ ਫਰਵਰੀ ਮਾਰਚ ਅਪ੍ਰੈਲ ਨਹੀਂ ਠੀਕ ਹੈ ਜੀ ਬਿਲਕੁਲ ਸਹੀ ਹੈ ਕਰ ਕਰ ਰੋਜ਼ਗਾਰ ਯੋਜਨਾ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਅ ਜਨਰਲ ਦੀਆਂ ਐਸਸੀ ਦੀਆਂ ਬੀਸੀ ਦੀਆਂ ਜਨਰਲ ਦੀਆਂ 351 ਐਸਸੀ ਦੀ ਗੱਲ ਕਰੀਏ ਐਮਐਂਡਬੀ ਆਰਐਂਡਓ ਦੀਆਂ 90 90 ਹੈ ਉਸ ਤੋਂ ਬਾਅਦ ਬੀਸੀ ਦੀਆਂ 36 ਹੈ ਟੋਟਲ ਕਰ ਲਈਏ ਟੋਟਲ ਇੱਥੇ 851 ਦੀਆਂ ਜੀ 252 ਪੋਸਟਾਂ ਠੀਕ ਹੈ ਉਸ ਤੋਂ ਬਾਅਦ ਡਾਊਨ ਚਲੀਏ ਤਾਂ ਇਹ ਤੁਸੀਂ ਦੇਖ ਸਕਦੇ ਹੋ ਬਾਕੀ ਕ੍ਰਾਈਟੇਰੀਆ ਵਗੈਰਾ ਆਨਲਾਈਨ ਪ੍ਰੋਸੈਸ ਹੈ ਉਹ ਜਿਹੜੀ ਮੈਂ ਤੁਹਾਨੂੰ ਪੂਰੀ ਐਕਸਪਲੇਨ ਕਰ ਦੂੰਗਾ ਵਿਦ ਵੀਡੀਓ ਕਿਦਾਂ ਤੁਸੀਂ ਆਪਣਾ ਆਨਲਾਈਨ ਫਾਰਮ ਫਿਲ ਕਰਨਾ ਹੈ ਆਨਲਾਈਨ ਫਾਰਮ ਫੀਲਿੰਗ ਦੀ ਗੱਲ ਦੱਸਾਂ ਇਹਦੇ ਵਿੱਚ ਗਲਤੀ ਨਾ ਕਰਿਓ ਇਹਨਾਂ ਦੀ ਕਰੈਕਸ਼ਨ ਨਹੀਂ ਹੁੰਦੀ ਆ ਜੀ ਫੀਸ ਸਟ੍ਰਕਚਰ ਹੈ 1000 ਜਨਰਲ ਦੀ ਹੈ ਅਤੇ ਰਿਜ਼ਰਵ ਕੈਟਾਗਰੀ ਐਸਸੀ ਅਤੇ ਐਸਟੀ ਦੀ 500 ਹੈ ਬਾਕੀ ਸਭ ਕਾ ਫੋਜੀਆਂ ਵਾਸਤੇ ਕੋਈ ਫੀਸ ਨਹੀਂ ਹੈ ਜੀ ਬਾਕੀ ਨੋਰਮਲ ਜੋ ਹੈਗੀਆਂ ਸ਼ਰਤਾਂ ਵਗੈਰਾ ਉਹੀ ਹੈ ਉਹ ਕਿ ਨਵੀਂ ਸ਼ਰਤ ਨਹੀਂ ਇਹਨਾਂ ਦੀ ਸੋ ਗੁੱਡ ਨਿਊਜ਼ ਅਸੀਂ ਲਾਸਟ ਡੇਟ ਦਿਖਲਾਣੀ ਹੈ ਨਾ ਰਜਿਸਟ੍ਰੇਸ਼ਨ ਦੀ ਕਦੋਂ ਹੈ ਇਹਨਾਂ ਦੱਸਿਆ ਹੋਇਆ ਹੈ ਕਿ ਉਮੀਦਵਾਰ ਆਨਲਾਈਨ ਫਾਰਮ ਭਰਨ ਦੀ ਆਖਰੀ ਮਿਤੀ ਕਿੰਨੀ ਹੈ ਜੀ 1 5 ਹੈਗੀ ਹੈ ਜੀ ਤੱਕ ਬੱਚੇ ਆਨਲਾਈਨ ਫਿਲਿੰਗ ਕਰ ਸਕਦੇ ਨੇ ਅਤੇ ਜਿਹੜੀ ਰੈਜਿਸਟ੍ਰੇਸ਼ਨ ਇਹਨਾਂ ਦੀ 10 4 2021 ਤੋਂ ਸਟਾਰਟ ਹੈ ਜੀ ਜਦਕਿ ਅੱਜ ਡੇਟ ਇਹਨਾਂ ਦੀ ਲੇਟ ਹੋ ਗਈ ਹੈ ਡੇਟ ਅੱਜ ਜਿਸ ਦਿਨ ਮੈਂ ਵੀਡੀਓ ਬਣਾਉਂਦਾ ਪਿਆ ਲਗਭਗ ਅੱਜ 12 April ਹੈ 10 ਤਰੀਕ ਦੀ ਇਹਨਾਂ ਦੀ ਰੈਜਿਸਟ੍ਰੇਸ਼ਨ ਸਟਾਰਟ ਹੈ ਜਦਕਿ ਵੈਬਸਾਈਟ ਦੇ ਵਿੱਚ ਹਾਲ ਤੱਕ ਕੋਈ ਕੋਈ ਇਹਨਾਂ ਨੇ ਲਿੰਕ ਇਨੇਬਲ ਨਹੀਂ ਕੀਤਾ ਲਿੰਕ ਦੇ ਲਈ ਵੀ ਆਪਾਂ ਵੈਬਸਾਈਟ ਤੇ ਚਲੇ ਜਾਨੇ ਆ ਪੂਰੀ ਡਿਟੇਲ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ ਇੱਥੇ ਕਿ ਇਹਨਾਂ ਨੇ ਲਿੰਕ ਇਨੇਬਲ ਕੀਤੇ ਜਾਂ ਨਹੀਂ ਕੀਤੇ ਨੀਚੇ ਜਾ ਕੇ ਲੇਟੈਸਟ ਅਨਮੈਂਟ ਹੈ ਇੱਥੇ ਜਾ ਕੇ ਆ ਦੇਖੋ ਇੱਥੇ ਇਹਨਾਂ ਨੇ ਫਿਲਹਾਲ ਹਲੇ ਕੋਈ ਵੀ ਲਿੰਕ ਇਨੇਬਲ ਨਹੀਂ ਕੀਤਾ ਜਦ ਕਿ ਜਿਹੜੀ ਤੁਸੀਂ ਐਡ ਦਿਖ ਰਿਹਾ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਲਿੰਕ ਇਨੇਬਲ ਇਹਨਾਂ ਨੇ ਠੀਕ ਹੈ ਜੀ ਕਰ ਦਿੱਤੇ ਹੈ ਸੋ ਇਹ ਹੈ ਲੇਟਸ ਅਪਡੇਟਸ ਆਪਣੇ ਡੀਡੀ ਫਰੈਂਡਸ ਨਾਲ ਜਲਦੀ ਸ਼ੇਅਰ ਕਰੋ ਸੋ ਥੈਟ ਦੇ ਆਲਸੋ ਨੋ ਦਾ ਡਿਫਰੈਂਟ ਪੋਸਟ ਪੋਸ ਦੀ ਪ੍ਰੋਸੈਸ ਜਲਦੀ ਹੀ ਮੈਂ ਠੀਕ ਹੈ ਜੀ ਆਪਣੇ YouTube ਚੈਨਲ ਤੇ ਅਪਡੇਟ ਕਰ ਦੂੰਗਾ ਤਾਂ ਬਾਕੀ ਇਹਦੇ ਵਿੱਚ ਗਲਤੀ ਨਾ ਕਰਿਓ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਬਾਕੀ ਟੈਸਟ ਦੇਣ ਦੇ ਲਈ ਤੁਹਾਨੂੰ ਪਤਾ ਹੈ ਗਾਈਡਲਾਈਨਸ ਉਹੀ ਹੈ ਜਿਹੜੀਆਂ ਰਿਕਰੂਟਮੈਂਟਸ ਵੈਰਾ ਹੈਗੀਆਂ ਮਤਲਬ ਤੁਹਾਡਾ ਪੀਟੈਟ ਹੋਣਾ ਚਾਹੀਦਾ ਪਾਸ ਆਊਟ ਠੀਕ ਹੈ ਜੀ ਬੀਏ ਡਬਲ ਵੈਰਾ ਜੋ ਵੀ ਫਰਦਰ ਹੈਗਾ ਇਹਨਾਂ ਦੇ ਜੋ ਪਹਿਲੇ ਸੀ ਉਹੀ ਪੂਰਾ ਇਹਨਾਂ ਦਾ ਪ੍ਰੋਸੈਸ ਹੈ ਤਾਂ ਬਾਕੀ ਕੋਈ ਵੀ ਅਦਰ ਕਿਉਰੀ ਜਾਂ ਤੁਹਾਡਾ ਕੁਐਸਚਨ ਹੁੰਦਾ ਤੁਸੀਂ ਸਾਡੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰਕੇ ਆਪਣੀ ਕਿਉਰੀਜ਼ ਦਾ ਸੋਲੂਸ਼ਨ ਲੈ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੋਰ ਅਵੇਲੇਬਲ ਟਾਈਮ